ਜੇਕਰ ਤੁਸੀਂ ਵੀ ਗਰਮੀ ਦੀਆਂ ਛੁੱਟੀਆਂ ਬਾਹਰ ਮਨਾਉਣ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਚੋਰਾਂ ਵੱਲੋਂ ਆਏ ਦਿਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਤਹਿਸੀਲ ਨੰਗਲ ਤੋਂ ਸਾਹਮਣੇ ਆਇਆ ਹੈ। ਦੱਸਣਾ ਬਣਦਾ ਹੈ ਕਿ ਚੋਰਾਂ ਵੱਲੋਂ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਚੋਰ ਫਿਲਮੀ ਅੰਦਾਜ਼ ਵਿੱਚ ਘਰ ਵਿੱਚ ਲੱਗੇ ਏਸੀ ਦੀ ਗ੍ਰਿਲ ਪੁੱਟ ਕੇ ਘਰ ਵਿੱਚ ਦਾਖਲ ਹੋਏ, ਜਿਸ ਤੋਂ ਬਾਅਦ ਚੋਰਾਂ ਨੇ ਆਰਾਮ ਨਾਲ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ। ਜ਼ਿਕਰਯੋਗ ਹੈ ਕਿ ਚੋਰਾਂ ਨੇ ਬੈੱਡ ਵਿੱਚ ਪਈਆਂ ਚੀਜ਼ਾਂ ਨੂੰ ਕੱਢ ਕੇ ਖਿਲਾਰਿਆ ਅਤੇ ਘਰ ਵਿੱਚੋਂ ਗਹਿਣਿਆਂ ਸਮੇਤ ਨਕਦੀ ਲੈ ਕੇ ਫਰਾਰ ਹੋ ਗਏ। ਫਿਲਹਾਲ ਘਰ ਦੇ ਮਾਲਕ ਵੱਲੋਂ ਇਸ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉੱਥੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ ਅੱਜ ਇੱਕ ਚੋਰੀ ਹੋਈ ਹੈ ਨੰਗਲ ਦੇ ਵਿੱਚ, SSD ਕਾਲਜ ਦੇ ਪਿੱਛੇ। ਇਹ ਇੱਕ ਤਾਂ ਸਾਡੀ ਟੀਮ ਦੇ ਮੈਂਬਰ ਵੀ ਨੇ ਅਤੇ ਦੂਜੇ ਮੇਰੇ ਦੋਸਤ ਵੀ ਨੇ। ਅੱਜ ਮੌਕੇ 'ਤੇ ਪੁਲਿਸ ਵਾਲੇ ਨੂੰ ਫੋਨ ਕਰਕੇ ਨੰਗਲ ਥਾਣੇ ਦੇ ਜਿਹੜੇ ਵੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸੱਦਿਆ ਗਿਆ। ਅਤੇ ਪਹਿਲੀ ਗੱਲ ਤਾਂ ਜਿਹੜੀ ਪੁਲਿਸ ਦੀ ਕਾਰਵਾਈ ਹੈ ਚੋੜਾਂ ਨੂੰ ਫੜਨ ਦੀ ਅਤੇ ਇਨਵੈਸਟੀਗੇਸ਼ਨ ਦੀ, ਉਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ। ਬਾਕੀ ਭਾਅ ਜੀ ਵੱਲੋਂ ਵੀ ਅਤੇ ਕੁਛ ਗੁਆਂਢੀਆਂ ਵੱਲੋਂ ਵੀ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਇੱਥੇ ਕੁਛ ਅਣਪਛਾਤੇ ਵਿਅਕਤੀ ਜਿਹੜੇ ਆ ਘੁੰਮਦੇ ਨੇ ਅਤੇ ਲੋਕਾਂ ਨੂੰ ਇਹ ਖਸ਼ਕਾ ਹੈ ਕਿ ਉਹ ਕਿਸੇ ਨਾ ਕਿਸੇ ਨਸ਼ੇ ਦੇ ਜਾਂ ਤਾਂ ਸੁਦਾਗਰ ਹੋ ਸਕਦੇ ਆ, ਨਸ਼ਾ ਕੰਜ਼ਿਊਮ ਕਰਦੇ ਆ। ਇਸ ਕਰਕੇ ਇਹਦੀ ਜਾਣਕਾਰੀ ਮੇਰੇ ਵੱਲੋਂ ਸੰਨੀ ਖੰਨਾ ਜੀ ਨਾਲ, SHO ਸਾਹਿਬ ਨਾਲ ਸ਼ੇਅਰ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਆਸ਼ਵਾਸਨ ਵੀ ਦਿੱਤਾ ਗਿਆ ਕਿ ਇੱਕ ਤਾਂ ਗਸ਼ਤ ਵਧਾਈ ਜਾਏਗੀ ਅਤੇ ਦੂਜਾ ਜਿਹੜਾ ਹੈ ਅਤੇ ਕਿ ਅਗਰ ਜਿਹੜੇ ਲੋਕ ਹੈ ਅਗਰ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਪੁਲਿਸ ਦਾ ਸਾਥ ਦੇਣ ਤਾਂ ਜਿਹੜੇ ਵੀ ਸਮਾਜ ਵਿਰੋਧੀ ਅਨਸਰ ਹੈ ਜਾਂ ਨਸ਼ਾ ਤਸਕਰ ਹੈ ਉਹਨਾਂ 'ਤੇ ਜਿਹੜੀ ਲਗਾਮ ਹੈ ਉਹ ਪਾਈ ਜਾਵੇ। ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਚੁੱਕੀਆਂ। ਆਏ ਤੀਸਰੇ ਦਿਨ ਇਹ ਕੰਮ, ਮਤਲਬ ਮੇਰੇ ਪੜੋਸ 'ਚ ਬੈਕ ਸਾਈਡ 'ਤੇ ਵੀ ਹਾਲੇ ਥੋੜ੍ਹਾ ਚਿਰ ਹੋਇਆ ਹੋ ਕੇ ਹਟੀ ਚੋਰੀ, ਕਿਉਂਕਿ ਇਹ ਨਸ਼ੇੜੀ ਜਿਹੜੇ ਆ ਨਾ ਬਹੁਤ ਤੰਗ ਕਰਦੇ। ਮੈਂ ਕਈ ਵਾਰ ਮੈਂ ਵੀ ਪਹਿਲਾਂ ਵੀ ਇਹ ਗੱਲ ਕਹੀ ਹੈ, ਪ੍ਰਸ਼ਾਸਨ ਨੂੰ ਵੀ ਰਿਕੁਐਸਟ ਹੈ ਮੇਰੀ ਕਿ ਪੁਲਿਸ ਦੀ ਜਿਹੜੀ ਮੁਸ਼ਤੈਦੀ ਵਧਾ ਦੇਣੀ ਚਾਹੀਦੀ, ਜਿਹੜਾ ਲੋਕਾਂ ਨੂੰ ਡਰ ਰਹੇ, ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਹੈ। ਹਰ ਇੱਕ ਜਗ੍ਹਾ ਹੀ ਤੀਸਰੇ ਦਿਨ ਚੋਰੀ, ਔਰ ਦਿਨਾਂ 'ਚ ਹੀ ਹੋ ਰਹੀ, ਰਾਤ ਨੂੰ ਨਹੀਂ ਦਿਨਾਂ 'ਚ ਹੋ ਰਹੀ। ਮਤਲਬ ਇਹ ਚੀਜ਼ਾਂ ਜਿਹੜੀਆਂ ਬਹੁਤ ਦੁਖਦਾਈ ਹੈ। ਹੁਣ ਘਰ 'ਚ ਨਹੀਂ ਤਾਂ ਕੋਈ ਵੀ, ਅੱਜ ਕੱਲ੍ਹ ਗਰਮੀ ਜ਼ਿਆਦਾ ਹੈ, ਸਾਰੇ ਆਪਣੇ ਅੰਦਰਾਂ 'ਚ ਰਹਿੰਦੇ, ਏਸੀਆਂ 'ਚ ਰਹਿੰਦੇ, ਪਤਾ ਨਹੀਂ ਚੱਲਦਾ। ਇਸ ਕਰਕੇ ਥੋੜ੍ਹਾ ਜਿਹਾ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਕਿ ਥੋੜ੍ਹਾ ਜਿਹਾ ਮੁਸ਼ਤੈਦੀ ਵਧਾਉਣ ਤਾਂ ਕਿ ਲੋਕਾਂ 'ਚ ਡਰ ਹੋਵੇ ਇਸ ਚੀਜ਼ ਦਾ। ਰਾਤ ਨੂੰ ਤਾਂ ਮੈਕਸੀਮਮ ਚਲੋ ਪੁਲਿਸ ਘੁੰਮਦੀ ਹੋਈ ਹੈ, ਮਤਲਬ ਮੇਨ ਰੋਡਾਂ 'ਤੇ ਜਾਂਦੀ ਹੈ, ਜਿਹੜੇ ਲਿੰਕ ਰੋਡ ਹੈ ਉਹਨਾਂ 'ਤੇ ਘੱਟ ਹੁੰਦਾ ਹੈ। ਪਰ ਜਿਹੜਾ ਦਿਨ 'ਚ ਨਾ, ਦਿਨ 'ਚ ਅੱਜ ਕੱਲ੍ਹ ਧੁੱਪ ਜ਼ਿਆਦਾ ਹੈ, ਸਿਖਰ ਦੁਪਹਿਰੇ ਹੈ, ਅਤੇ ਲੋਕ ਸਾਰੇ ਆਪਣੇ ਆਪਣੇ ਅੰਦਰ ਹੀ ਹੁੰਦੇ, ਵੀ ਦਿਨ 'ਚ ਵੀ ਜੇ ਗੇੜਾ ਮਾਰਨ ਤਾਂ ਜ਼ਿਆਦਾ ਬੈਸਟ ਹੈ। ਇੱਕ ਪਾਰਕਾਂ 'ਚ ਜਿੱਧਰ ਵੀ ਨਸ਼ੇੜੀ ਘੁੰਮਦੇ ਆ ਉਹਨਾਂ ਨੂੰ ਫੜਨ, ਤਾਂ ਕਿ ਜਿਹੜੀ ਇਹ ਵਾਰਦਾਤਾਂ ਉਹੀ ਅੰਜਾਮ ਦਿੰਦੇ ਆ ਇਹਨਾਂ ਵਾਰਦਾਤਾਂ ਨੂੰ ਜਿਹੜੇ ਬੰਦੇ ਨਸ਼ੇੜੀ ਹੈ। ਹੋਰ ਤਾਂ ਕਿਸੇ ਦੀ ਇੰਨੀ ਹਿੰਮਤ ਹੈ ਹੀ ਨਹੀਂ ਹੈ। ਇਹ ਅਵਨਾਸ਼ ਰਾਏ, ਸਨ ਆਫ ਗੰਗਾ ਰਾਮ ਦੇ ਘਰ ਇੰਦਰ ਨਗਰ, ਕਿਸੇ ਨਾਮਰੂਮ ਵਿਅਕਤੀਆਂ ਨੇ ਚੋਰੀ ਕਰ ਲਈ। ਅਤੇ ਜਦੋਂ ਮੈਂ ਮੌਕੇ 'ਤੇ ਆਇਆ ਤਾਂ ਅਵਨਾਸ਼ ਰਾਏ ਸ਼ਰਮਾ ਨੇ ਦੱਸਿਆ ਵੀ ਮੇਰੇ ਬੱਚੇ ਅੰਮ੍ਰਿਤਸਰ ਆਪਣੇ ਨਾਨਕੇ ਘਰ ਗਏ ਹੋਏ ਆ 4-5 ਦਿਨ ਤੋਂ, ਅਤੇ ਮੈਂ ਦੁਕਾਨ ਕਰਦਾ ਅੱਡਾ ਮਾਰਕੀਟ। ਅਤੇ ਜਦੋਂ ਕਹਿੰਦਾ ਮੈਂ 6 ਵਜੇ ਆ ਕੇ ਸ਼ਾਮ ਨੂੰ ਦੇਖਿਆ ਤਾਂ ਕਿਸੇ ਨਾਮਰੂਮ ਵਿਅਕਤੀਆਂ ਨੇ ਮੇਰੇ ਘਰ ਚੋਰੀ ਕੀਤੀ ਹੋਈ ਸੀ। ਅਤੇ ਹੁਣ ਛਾਣਬੀਣ ਚੱਲ ਰਹੀ ਹੈ ਅਤੇ ਅਗਲੀ ਤੁਸੀਂ ਹਮਲੇ ਵਿੱਚ ਲੈਂਦੀ ਜਾਊਂਗੀ ਅਤੇ ਵਿਅਕਤੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਨੁਕਸਾਨ ਅਜੇ ਤੱਕ ਕੋਈ ਇਹਨੂੰ ਪਤਾ ਨਹੀਂ ਹੈ ਵੀ ਸਮਾਨ ਕਿੱਥੇ ਕਿੱਥੇ ਕਿਹੜਾ ਕਿਹੜਾ ਪਿਆ ਸੀਗਾ। ਕਹਿੰਦਾ ਬੱਚਿਆਂ ਨੂੰ ਪਤਾ, ਬੱਚੇ ਆ ਕੇ ਦੇਖਣਗੇ, ਕਹਿੰਦਾ ਵੀ ਕਿੱਥੇ ਕਿੱਥੇ ਕਿਹੜਾ ਸਮਾਨ ਪਿਆ ਸੀਗਾ।